ਕਿਸਾਨਾਂ ਵੱਲੋਂ ਲਗਾਤਾਰ ਧਰਨੇ ਜਾਰੀ ਹਨ ਪਰ ਰੇਲਵੇ ਟਰੈਕ ਖਾਲੀ ਕਰ ਦਿੱਤੇ ਗਏ ਹਨ ਅਤੇ ਕੇਂਦਰ ਸਰਕਾਰ ਵੱਲੋਂ ਮਾਲ ਗੱਡੀਆਂ ਨਹੀਂ ਚਲਾਈਆਂ ਜਾ ਰਹੀਆਂ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਰੇਲਵੇ ਅਤੇ ਰੇਲਵੇ ਅਧਿਕਾਰੀਆਂ ਦੀ ਸੁਰੱਖਿਆ ਦੀ ਗਾਰੰਟੀ ਦੇਵੇ, ਪਰੰਤੂ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਥਰਮਲਾਂ ਵਿੱਚ ਕੋਲਾ 1-2 ਦਿਨ ਵਿੱਚ ਖਤਮ ਹੋ ਜਾਵੇਗਾ ਅਤੇ ਪੰਜਾਬ ਵਿੱਚ ਬਲੈਕਆਊਟ ਦੀ ਸਥਿਤੀ ਆ ਸਕਦੀ ਹੈ। ਪਰ ਥਰਮਲ ਕਰਮਚਾਰੀਆਂ ਦਾ ਕਹਿਣਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਡਰਾਵੇ ਨਾ, ਸਾਡੇ ਕੋਲ ਬਿਜਲੀ ਪੈਦਾ ਕਰਨ ਦੇ ਹੋਰ ਵੀ ਕਈ ਸਾਧਨ ਹਨ ਅਤੇ ਕੋਲੇ ਨਾਲ ਹਾਲੇ ਵੀ ਕਈ ਦਿਨ ਥਰਮਲਾਂ ਦੇ 1-1 ਯੂਨਿਟ ਚੱਲ ਸਕਦੇ ਹਨ। ਇਹ ਕਹਿਣਾ ਹੈਗਾ, ਸਰਕਾਰ ਕਹਿ ਰਹੀ ਹੈ ਕਿ ਵੀ ਕੋਲਾ ਖਤਮ ਹੋ ਰਿਹਾ ਹੈਗਾ ਅਤੇ ਕੁਝ ਦਿਨਾਂ 'ਚ ਬਲੈਕਆਊਟ ਵੀ ਹੋਜੂ। ਤੁਹਾਨੂੰ ਕੀ ਲੱਗਦਾ ਗਾ ਵੀ ਕੋਲਾ ਖਤਮ ਹੋ ਰਿਹਾ ਕਿ ਸਰਕਾਰਾਂ ਦੇ ਇਹ ਦਾਅਵੇ ਹੈਗੇ? ਮੇਰਾ ਨਾਮ ਗੁਰਸੇਵਕ ਸਿੰਘ ਸੰਧੂ ਹੈ ਜੀ। ਮੈਂ ਗੁਰੂ ਨਾਨਕ ਦੇਵ ਥਰਮਲ ਪਲਾਂਟ ਇੰਪਲਾਈ ਫੈਡਰੇਸ਼ਨ ਦਾ ਪ੍ਰੈਜ੿ਡੈਂਟ ਹੈ। ਅਤੇ ਵੇਖੋ, ਗੱਲ ਇਹ ਹੈ ਵੀ ਕੋਲਾ ਜਦੋਂ ਆਪਾਂ ਚੀਜ਼ ਨੂੰ ਕਿਸੇ ਨੂੰ ਵਰਤੀ ਜਾਵਾਂਗੇ ਅਤੇ ਨਵੀਂ ਨਾ ਮੰਗਾਵਾਂਗੇ ਤਾਂ ਫਿਰ ਤਾਂ ਉਹ ਆਸਾਰ ਬਣ ਹੀ ਜਾਂਦੇ ਵੀ ਚੀਜ਼ ਆ ਜਿਹੜੀ ਮੁੱਕੂਗੀ ਜੇ ਆਪਾਂ ਨਵਾਂ ਨਹੀਂ ਮੰਗਾਵਾਂਗੇ ਜਾਂ ਕੇਂਦਰ ਸਰਕਾਰ ਆ ਜਿਹੜੀ ਉਹ ਨਹੀਂ ਭੇਜੂਗੀ। ਪਰ ਅਫਸੋਸ ਨਾਲ ਸਾਨੂੰ ਇਹ ਕਹਿਣਾ ਪੈਂਦਾ ਹੈ ਕਿ ਮੇਰੇ ਹੱਥ ਦੇ ਵਿੱਚ ਇਹ ਕਾਗਜ਼ ਹੈਗੇ ਨੇ। ਇਹ ਅਸੀਂ 2017 ਦੇ ਵਿੱਚ ਸਾਡੇ ਚੀਫ ਸਾਹਿਬ ਨੇ ਮਤਲਬ ਕਿ ਕੇਸ ਬਣਾ ਕੇ ਭੇਜਿਆ ਸੀਗਾ ਕਿ ਸਾਡੇ ਕੋਲ 1,00,000 ਟਨ ਕੋਲਾ ਜਿਹੜਾ ਹੈਗਾ ਉਹ ਗੁਰੂ ਨਾਨਕ ਦੇਵ ਥਰਮਲ ਪਲਾਂਟ ਆਪਣਾ ਰੋਪੜ ਥਰਮਲ ਪਲਾਂਟ ਦੇ ਵਿੱਚ ਅਤੇ 30,000-40,000 ਟਨ ਕੋਲਾ ਜਿਹੜਾ ਹੈਗਾ ਸਾਡਾ ਲਹਿਰਾ ਥਰਮਲ ਦੇ ਵਿੱਚ ਜਿਹੜਾ ਰਿਜੈਕਟ ਹੋਇਆ ਹੋਇਆ ਕੋਲਾ ਉਹ ਪਿਆ। ਉਹਦੇ ਨਾਲ ਜਿਹੜਾ ਮਤਲਬ ਇਹ ਘੱਟੋ ਘੱਟ 100 MW ਬਿਜਲੀ ਜਿਹੜੀ ਆ ਪੈਦਾ ਕਰ ਸਕਦਾ ਸੀਗਾ ਅਤੇ ਉਹ ਮਿਕਸ ਕਰਕੇ ਕੋਲਾ ਨਵਾਂ ਅਤੇ ਜਿਹੜਾ ਰਿਜੈਕਟ ਹੋਇਆ ਕੋਲਾ। ਪਰ ਸਾਡੀ ਉਦੋਂ ਗੱਲ ਨਹੀਂ ਮੰਨੀ, ਜੇ ਉਦੋਂ ਸਾਡੀ ਗੱਲ ਹੀ ਮੰਨੀ ਹੁੰਦੀ ਸਾਡੀ ਮੈਨੇਜਮੈਂਟ ਦੀ ਤਾਂ ਅੱਜ ਜਿਹੜੀ ਸਰਕਾਰ ਹੈ ਉਹਨੂੰ ਇਹ ਦਿਨ ਨਾ ਵੇਖਣੇ ਪੈਂਦੇ। ਦੂਸਰਾ ਇਹ ਗੱਲ ਹੈ ਕਿ ਸਾਡੀ ਮੈਨੇਜਮੈਂਟ ਨੇ ਇਹਦਾ ਪਰਾਲੀ ਦਾ ਜਿਹੜਾ ਪ੍ਰੋਜੈਕਟ ਹੈ ਉਹ ਬਣਾ ਕੇ ਦਿੱਤਾ ਅਤੇ ਜੇ ਉਹ ਪਰਾਲੀ ਵਾਲਾ ਪ੍ਰੋਜੈਕਟ ਉਦੋਂ ਮਨਜ਼ੂਰ ਕਰਾ ਕੇ ਕਰਿਆ ਹੁੰਦਾ ਤਾਂ ਅੱਜ ਨੂੰ ਉਹ ਬਣ ਕੇ ਤਿਆਰ ਹੋਇਆ ਹੁੰਦਾ ਅਤੇ ਇਹ ਸੀਜ਼ਨ ਦੇ ਵਿੱਚ ਸਾਨੂੰ ਜਿਹੜੀ ਹੈ ਉਹ 60-62 MW ਜਿਹੜੀ ਆ ਬਿਜਲੀ ਉਹ ਸਾਨੂੰ ਪਰਾਲੀ ਤੋਂ ਮਿਲਣੀ, ਸਾਨੂੰ ਕੋਲੇ ਨਹੀਂ ਝੱਕਣ ਦੀ ਲੋੜ ਨਹੀਂ ਸੀ। ਇਸ ਤੋਂ ਇਲਾਵਾ 100 MW ਦਾ ਸੂਰਜੀ ਊਰਜਾ ਦਾ ਜਿਹੜਾ ਕੇਸ ਬਣਾ ਕੇ ਭੇਜਿਆ ਸੀ ਉਹ ਵੀ ਮਨਜ਼ੂਰ ਨਹੀਂ ਕੀਤਾ ਗਿਆ। ਸੋ 150-200 ਦੇ ਕਰੀਬ MW ਬਿਜਲੀ ਇੱਥੋਂ ਪੈਦਾ ਹੋ ਰਹੀ ਸੀਗੀ ਅਤੇ ਸਾਨੂੰ ਕਿਸੇ ਦੇ ਹੱਥਾਂ ਵੱਲ ਝੱਕਣ ਦੀ ਲੋੜ ਨਹੀਂ ਸੀ। ਅਸੀਂ ਪਰਾਲੀ ਤੋਂ ਜਿੰਨੀ ਮਰਜ਼ੀ ਬਿਜਲੀ ਜਿਹੜੀ ਆ ਪੈਦਾ ਕਰ ਸਕਦੇ, 3 ਨੰਬਰ ਜੁੰਟ ਵੀ ਜਿਹੜਾ ਬਿਜਲੀ ਦੇ ਉੱਤੇ ਪਰਾਲੀ ਦੇ ਉੱਤੇ ਚੱਲ ਸਕਦਾ ਸੀਗਾ। ਸੋ ਇਸ ਕਰਕੇ ਜਿਹੜਾ ਹੁਣ ਸਰਕਾਰ ਇਹ ਕਹਿ ਰਹੀ ਹੈ ਕਿ ਬਲੈਕਆਊਟ ਹੋ ਜੂਗਾ, ਬਲੈਕਆਊਟ ਹੋ ਜੂਗਾ, ਵੈਸੇ ਬਲੈਕਆਊਟ ਹੋਣ ਵਾਲੀ ਕੋਈ ਗੱਲ ਨਹੀਂ ਹੈ ਕਿਉਂਕਿ ਸਾਡਾ ਸੈਂਟਰ ਪੂਲ ਦੇ ਵਿੱਚ 6500 MW ਬਿਜਲੀ ਅਸੀਂ ਖਰੀਦ ਸਕਦੇ ਹਾਂ। ਔਰ ਉਸ ਤੋਂ ਇਲਾਵਾ ਸਾਡੇ ਕੋਲ ਸੂਰਜੀ ਊਰਜਾ ਦੇ ਜਿਹੜੇ ਹੈ ਉਹ ਪ੍ਰਾਈਵੇਟ ਪ੍ਰੋਜੈਕਟ ਲੱਗੇ ਹੋਏ ਆ। ਸਾਡੇ ਕੋਲ ਇਸ ਤੋਂ ਇਲਾਵਾ ਜਿਹੜੇ ਹੈਗੇ ਆ ਪਰਾਲੀ ਵਾਲੇ ਪ੍ਰਾਈਵੇਟ ਜਿਹੜੇ ਪ੍ਰੋਜੈਕਟ ਲੱਗੇ ਹੋਏ ਆ। ਸਾਡੇ ਕੋਲ ਪਣ ਬਿਜਲੀ ਪ੍ਰੋਜੈਕਟ ਆ, ਉੱਥੋਂ ਸਾਡੀ ਬਿਜਲੀ ਪੈਦਾ ਕਰਦੇ ਆ। ਸੋ ਇਸ ਕਰਕੇ 1400-1500 MW ਸਾਨੂੰ ਇਹਨਾਂ ਸਰੋਤਾਂ ਤੋਂ ਬਿਜਲੀ ਪੈਦਾ ਹੁੰਦੀ ਹੈ, 6500 MW ਅਸੀਂ ਜਿਹੜੀ ਸੈਂਟਰ ਪੂਲ 'ਚੋਂ ਲੈ ਸਕਦੇ ਹਾਂ। ਸੋ ਇਸ ਕਰਕੇ ਕੋਈ ਬਲੈਕਆਊਟ ਵਰਗੀ ਕੋਈ ਗੱਲ ਨਹੀਂ ਹੈ। ਹੁਣ ਸਰਕਾਰ ਜਾਣ ਬੁੱਝ ਕੇ ਇੱਕ ਦੂਜੇ ਨੂੰ ਨੀਵਾਂ ਵਿਖਾਉਣ ਦੀ ਖਾਤਰ ਸੈਂਟਰ ਗੌਰਮੈਂਟ ਜਿਹੜੀ ਹੈਗੀ ਆ ਪੰਜਾਬ ਨੂੰ ਅਤੇ ਪੰਜਾਬ ਗੌਰਮੈਂਟ ਜਿਹੜੀ ਹੈਗੀ ਆ ਸੈਂਟਰ ਗੌਰਮੈਂਟ ਨੂੰ ਆਪਸ ਦੀ ਇਹਨਾਂ ਦੇ ਟਕਰਾਅ ਦੇ ਵਿੱਚ ਬਲੈਕਆਊਟ ਕਰ ਦੇਣਾ ਉਹ ਇੱਕ ਵੱਖਰੀ ਗੱਲ ਹੈ, ਪਰ ਅਸੀਂ ਉਹਨਾਂ ਸਰੋਤਾਂ ਤੋਂ ਬਿਜਲੀ ਜਿਹੜੀ ਆ ਲੈ ਸਕਦੇ ਹਾਂ। ਜੇ ਹੁਣ ਆਪਣਾ ਜਿਵੇਂ ਇਹ ਗੁਰੂ ਨਾਨਕ ਦੇਵ ਥਰਮਲ ਪਲਾਂਟ ਹੈ, ਹਾਂਜੀ, ਇਸ ਨੂੰ ਹੁਣ ਵੀ ਜੇ ਪਰਾਲੀ 'ਤੇ ਚਲਾਉਣਾ ਹੋਵੇ ਕਿੰਨਾ ਟਾਈਮ ਲੱਗ ਸਕਦਾ ਅਤੇ ਕਿੰਨਾ ਕੁ ਖਰਚਾ ਆ ਸਕਦਾ ਜੀ? ਇਹ ਤਾਂ ਵੈਸੇ ਜੀ ਹੁਣ ਐਡੀ ਛੇਤੀ ਤਾਂ ਨਹੀਂ ਚੱਲ ਸਕਦਾ ਹੈਗਾ, ਇਹਦੇ ਵਾਸਤੇ 1.5 ਸਾਲ ਦੇ ਕਰੀਬ, ਸਾਲ ਤੋਂ 1.5 ਸਾਲ ਸਾਨੂੰ ਇਹਦੇ ਵਾਸਤੇ ਟਾਈਮ ਚਾਹੀਦਾ ਅਤੇ ਸਿਰਫ ਇੱਥੇ 150 ਕਰੋੜ ਰੁਪਇਆ ਜਿਹੜਾ ਉਹ ਇੱਥੇ ਖਰਚਾ ਆਊਗਾ ਅਤੇ ਜਿਹੜੀ ਸੈਂਟਰ ਦਾ ਮਹਿਕਮਾ ਉਹਨਾਂ ਨੇ ਸਾਡੀ ਆਪਣਾ ਪੰਜਾਬ ਸਰਕਾਰ ਨੂੰ ਸਾਡੀ ਮੈਨੇਜਮੈਂਟ ਨੂੰ ਇੱਕ ਲੈਟਰ ਵੀ ਲਿਖਿਆ ਸੀਗਾ ਕਿ ਜਿਹੜੀ ਤੁਸੀਂ ਇਹਦੀ ਪਰਾਲੀ ਦਾ ਪ੍ਰੋਜੈਕਟ ਜਿਹੜਾ ਤਿਆਰ ਕੀਤਾ ਉਹ ਰਿਪੋਰਟ ਸਾਨੂੰ ਭੇਜ ਦਿਓ ਅਤੇ ਅਸੀਂ ਤੁਹਾਨੂੰ ਜਿਹੜੇ ਪੈਸੇ ਆ ਇਹਦੇ ਵਾਸਤੇ ਦੇ ਦੇਵਾਂਗੇ, ਪਰ ਇਹਨਾਂ ਨੇ ਉਹਦਾ ਕੋਈ ਜਵਾਬ ਨਹੀਂ ਦਿੱਤਾ ਗਾ। ਹੁਣ ਜਿਵੇਂ ਆਪਣੇ ਸੂਰਜੀ ਊਰਜਾ ਵਾਲੇ ਵੀ ਕਾਫੀ ਪਲਾਟ ਲੱਗਿਆ, ਪ੍ਰਾਈਵੇਟ ਲੱਗੇ ਹੈਗੇ, ਉਹ ਜ਼ਮੀਨਾਂ ਖਰੀਦ ਲੱਗਿਆ, ਹਾਂਜੀ ਹਾਂਜੀ, ਇੱਥੇ ਆਪਣੇ ਸਰਕਾਰੀ ਜ਼ਮੀਨ ਹੀ ਪਈ ਸੀ, ਜੇ ਇੱਥੇ ਲਾਇਆ ਜਾਂਦਾ ਤਾਂ ਆਪਾਂ ਨੂੰ ਕਿੰਨਾ ਕੁ ਫਾਇਦਾ ਹੋ ਸਕਦਾ ਸੀ? ਇਹਦਾ ਸਾਨੂੰ ਬਹੁਤ ਫਾਇਦਾ ਹੋਣਾ ਸੀਗਾ ਜੀ। ਜਿਹੜਾ ਸੂਰਜੀ ਊਰਜਾ ਦਾ ਸਾਡੇ ਕੋਲ 850 ਏਕੜ ਜਿਹੜਾ ਐਸ਼ ਡੈਕ ਏਰੀਆ ਹੈ, ਜਿਹੜੀਆਂ 14-15 ਫੁੱਟ ਡੂੰਘੀਆਂ ਝੀਲਾਂ ਦੇ ਸਾਰੀਆਂ ਸਵਾਹ ਦੇ ਨਾਲ ਭਰੀਆਂ ਹੋਈਆਂ ਅਤੇ ਅਸੀਂ ਉਹਦਾ ਸਰਵੇ ਕਰਵਾਇਆ ਸੀਗਾ ਇੱਥੇ ਯੂਨੀਵਰਸਿਟੀ 'ਚੋਂ ਬਠਿੰਡੇ ਤੋਂ, ਔਰ ਉਹਨਾਂ ਨੇ ਇਹ ਰਿਪੋਰਟ ਦਿੱਤੀ ਹੈ ਸਾਡੇ ਕੋਲ ਪਈ ਆ ਉਹ ਕਿ ਇੱਥੇ ਇਹ ਜ਼ਮੀਨ ਜਿਹੜੀ 850 ਏਕੜ ਆ ਕਿਸੇ ਵੀ ਹੋਰ ਕੰਮ ਨਹੀਂ ਆ ਸਕਦੀ, ਇਹ ਇੱਥੇ ਜਿਹੜਾ ਲੱਗ ਸਕਦਾ ਤਾਂ ਇੱਥੇ ਸੂਰਜੀ ਊਰਜਾ ਵਾਲਾ ਪਲਾਂਟ ਲੱਗ ਸਕਦਾ ਅਤੇ ਉਹ ਵੀ ਸਾਡੀ ਮੈਨੇਜਮੈਂਟ ਨੇ ਕੇਸ ਬਣਾ ਕੇ ਭੇਜਿਆ ਸੀਗਾ, ਉਹਨੂੰ ਵੀ ਸਰਕਾਰ ਨੇ ਮਨਜ਼ੂਰ ਨਹੀਂ ਕੀਤਾ ਹੈਗਾ। 850 ਏਕੜ ਜ਼ਮੀਨ ਜਿਹੜੀ ਹੈ ਉਹ ਐਵੇਂ ਅਜਾਈ ਜਾ ਰਹੀ ਹੈ, ਐਵੇਂ ਖਾਲੀ ਪਈ ਆ ਉਹ, ਅਤੇ ਨਹੀਂ ਤਾਂ ਅੱਜ ਨੂੰ ਉੱਥੋਂ ਬਣ ਕੇ ਤਿਆਰ ਹੋ ਜਾਣਾ ਸੀਗਾ। ਇਹ ਸਨ ਬਿਜਲੀ ਬੋਰਡ ਦੇ ਮੁਲਾਜ਼ਮ ਜਿਨ੍ਹਾਂ ਨੇ ਆਪਾਂ ਨੂੰ ਜਾਣਕਾਰੀ ਦਿੱਤੀ ਕਿ ਇਹ ਜਿਹੜਾ ਪਲਾਟ ਸੀਗਾ ਜਿਹਨੂੰ ਬੰਦ ਕੀਤਾ ਗਿਆ ਹੈਗਾ, ਇਸ ਦੀ ਪ੍ਰਪੋਜ਼ਲ ਬਣਾ ਕੇ ਭੇਜੀ ਗਈ ਸੀ ਵੀ ਪਰਾਲੀ 'ਤੇ ਵੀ ਚੱਲ ਸਕਦਾ ਹੈਗਾ, ਪਰ ਸਰਕਾਰਾਂ ਨੇ ਇਹ ਇੱਕ ਵੀ ਨਾ ਸੁਣੀ। ਇੱਥੇ ਸੂਰਜੀ ਊਰਜਾ ਪਲਾਟ ਲਾਉਣ ਵਾਸਤੇ ਵੀ ਕਿਹਾ ਗਿਆ ਸੀ, ਉਹ ਵੀ ਨਹੀਂ ਪਾਸ ਕੀਤਾ ਗਿਆ ਹੈਗਾ।
तो हुण जो सरकारां कह रही हैं ब्लैकआउट होजू इसदे कोई चांस नहीं, क्योंकि अपने कोल होर भी बिजली के कई प्रबंध हैं, जिमें कि पण बिजली प्रबंध है अते सूरज ऊर्जा के भी काफ़ी स्रोत हैं। नायब सिंह सिद्धू, अजीत टीवी, बठिंडा।